Namo Raja Raja, Namo Saj Saj, Namo Shah Shah, Namo Krishna bujhe har kahe naam Krishna bujhe har kahe naam Krishna bujhe har Oho lagi ta ni Sashrikal ji hove gur bachni ਮਹਾਸੰਤੋਖ ਹੋਵੇ ਗੁਰ ਬਚਨੀ ਪ੍ਰਭ ਸਿਉ ਲਾਗੇ ਪੂਰਨ ਧਿਆਨ ਪ੍ਰਭ ਸਿਉ ਲਾਗੇ ਪੂਰਨ ਧਿਆਨ ਤ੍ਰਿਸ਼ਨਾ ਪੂਜੇ ਹਰੇ ਕੇ ਨਾਮ ਤ੍ਰਿਸ਼ਨਾ ਪੂਜੇ ਹਰੇ ਕੇ ਨਾਮ ਸੰਤੋਖ ਹੋਵੇ ਗੁਰ ਬਚਨੀ ਮਹਾਸੰਤੋਖ ਹੋਵੇ ਗੁਰ ਬਚਨੀ ਪ੍ਰਭ ਸਿਉ ਲਾਗੇ ਪੂਰਨ ਧਿਆਨ ਪ੍ਰਭ ਸਿਉ ਲਾਗੇ ਪੂਰਨ ਧਿਆਨ ਤ੍ਰਿਸ਼ਨਾ ਪੂਜੇ ਹਰੇ ਕੇ ਨਾਮ ਕ੍ਰਿਸ਼ਨਾ ਪੂਜੇ ਹਰੇ ਕੇ ਨਾਮ ਸਤਿ ਸ਼੍ਰੀ ਅਕਾਲ ਬੀਜੀ ਸਤਿ ਸ਼੍ਰੀ ਅਕਾਲ ਬੇਟਾ ਕੀ ਹਾਲ ਚਾਲ ਬਸ ਠੀਕ ਹਾਂ ਹੋਰ ਮੰਮੀ ਪਾਪਾ ਪਾਪਾ ਤਾਂ ਟੂਰ ਤੇ ਗਏ ਨੇ ਮੰਮਾ ਨੂੰ ਵੀ ਲੈ ਆਉਣਾ ਸੀ ਉਹਨਾਂ ਨੂੰ ਥੋੜਾ ਕੰਮ ਸੀ ਹੋਰ ਬੀਜੀ ਤੁਸੀਂ ਆ ਜਾਓ ਨਹੀਂ ਬੇਟਾ ਫਿਰ ਕਦੇ ਆਵਾਂਗੇ ਆ ਜਾਓ ਬੀਜੀ ਅੱਜ ਤਾਂ ਨੇੜੇ ਹੀ ਆਇਓ ਨਾਲੇ ਗੁੜੀਆ ਵੀ ਤੁਹਾਡੇ ਨਾਲ ਹੈ ਹੈਲੋ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਨਾਂ ਕੀ ਹੈ ਇਹ ਬੋਲਦੀ ਨਹੀਂ ਛੇਤੀ ਕਿਸੇ ਨਾਲ ਉਹ ਤਾਂ ਮੈਂ ਵੇਖ ਹੀ ਰਹੀ ਹਾਂ ਅੱਛਾ ਬੀਜੀ ਮੈਂ ਚੱਲਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਦੀ ਮਾਂ ਜੀ ਉਹ ਕੁੜੀ ਕਿੰਨੀ ਅਜੀਬ ਸੀ ਨਾ ਕੁੜੀ ਕਿਹੜੀ ਕੁੜੀ ਓਹੀ ਪੱਗ ਵਾਲੀ ਮਤਲਬ ਉਹ ਪੱਗ ਕਿੱਦਾਂ ਬਣ ਸਕਦੀ ਹੈ ਪੱਗ ਤਾਂ ਪਾਪਾ ਬਣਦੇ ਨੇ ਬੱਚੇ
ਉਹ ਖਾਲਸ ਹੈ, ਉਹਨੇ ਤਾਂ ਦਸਤਾਰ ਸਜਾਈ ਹੋਈ ਸੀ। ਖਾਲਸ? ਖਾਲਸ ਕੀ ਹੁੰਦਾ ਹੈ ਦਾਦੀ ਮਾਂ? ਖਾਲਸ ਦਾ ਮਤਲਬ ਹੈ ਸ਼ੁੱਧ। ਜੋ ਸਿੱਖ ਅੰਮ੍ਰਿਤ ਛੱਕ ਕੇ ਸਿੰਘ ਸਜਦੇ ਨੇ ਨਾ, ਉਹ ਦਸਤਾਰ ਸਜਾਉਂਦੇ ਨੇ ਸਿਰ ਢੱਕਣ ਲਈ। ਅੰਮ੍ਰਿਤ ਛੱਕਣ ਨਾਲ ਕੀ ਹੁੰਦਾ ਦਾਦੀ ਮਾਂ? ਅੰਮ੍ਰਿਤ ਛੱਕਣ ਨਾਲ ਇੱਕ ਨਵਾਂ ਜਨਮ ਹੁੰਦਾ ਹੈ ਬੱਚੇ। ਪਰ ਉਹ ਕਿਵੇਂ? ਬੱਚੇ ਉਹ ਮੈਂ ਤੁਹਾਨੂੰ ਫਿਰ ਕਦੇ ਦੱਸਾਂਗੀ। ਨਹੀਂ ਦਾਦੀ ਮਾਂ, ਮੈਨੂੰ ਹੁਣ ਹੀ ਦੱਸੋ। ਅੱਛਾ, ਘਰ ਪਹੁੰਚ ਕੇ ਦੱਸਦੀ ਆ। ਠੀਕ ਹੈ। ਸੁਣੋ। ਹਾਂਜੀ। ਮੈਂ ਨਾ ਕਿੱਟੀ ਤੇ ਜਾ ਰਹੀ ਹਾਂ, ਤੇ ਦੁਪਹਿਰ ਦਾ ਖਾਣਾ ਆਪੇ ਬਾਹਰੋਂ ਖਾ ਲੈਣਾ। ਤੇ ਮੰਮੀ ਕੀ ਖਾਣਗੇ? ਰਾਤ ਦੀ ਸਬਜ਼ੀ ਫ੍ਰਿਜ 'ਚ ਪਈ ਹੈ, ਆਪੇ ਗਰਮ ਕਰਕੇ ਖਾ ਲੈਣਗੇ। ਤੇ ਬੱਚੇ? ਉਹਨਾਂ ਨੂੰ ਮੈਂ ਨਾਲ ਲੈ ਜਾਵਾਂਗੀ। ਚਲੋ ਠੀਕ ਹੈ। ਤਰਮਨ, ਚੱਲ ਉੱਠ ਚੱਲੀਏ। ਓ, ਮੇਰਾ ਫੋਨ ਅੰਦਰ ਰਹਿ ਗਿਆ। ਪਾਪਾ ਆ ਗਿਆ ਮੇਰਾ ਬੇਟਾ ਗੁਰਦੁਆਰੇ ਤੋਂ। ਹਾਂਜੀ। ਲੋ ਬੇਟਾ ਜੀ ਪ੍ਰਸ਼ਾਦ। ਦਾਦੀ ਨੂੰ ਤੰਗ ਤੇ ਨਹੀਂ ਸੀ ਕੀਤਾ? ਨਹੀਂ। ਮੰਮਾ, ਤੁਸੀਂ ਆ ਗਏ? ਹਾਂਜੀ ਬੇਟਾ ਜੀ। ਜਸਲੀਨ, ਚੱਲ ਫਟਾਫਟ ਤਿਆਰ ਹੋ, ਆਪਾਂ ਪਾਰਟੀ ਤੇ ਜਾਣਾ ਹੈ। ਮੈਂ ਨਹੀਂ ਜਾਣਾ। ਕਿਉਂ ਨਹੀਂ ਜਾਣਾ? ਮੈਂ ਦਾਦੀ ਮੰਮਾ ਕੋ ਕਹਾਣੀ ਸੁਣਨੀ। ਕਿਹੜੀ ਕਹਾਣੀ? ਬਾਬਾ ਜੀ ਵਾਲੀ। ਅੱਛਾ ਠੀਕ ਹੈ, ਜੋ ਮਰਜ਼ੀ ਕਰ, ਘਰ ਹੀ ਰਹੀ। ਮੰਮੀ, ਰਾਤ ਵਾਲੀ ਸਬਜ਼ੀ ਫ੍ਰਿਜ 'ਚ ਪਈ ਹੈ, ਗਰਮ ਕਰਕੇ ਖਾ ਲੈਣਾ। ਤੇ ਜਸਲੀਨ ਨੂੰ ਮੈਗੀ ਬਣਾ ਕੇ ਦੇ ਦੇਣਾ। ਠੀਕ ਹੈ ਬੇਟਾ, ਮੈਂ ਚੱਲੀ ਪਾਰਟੀ ਤੇ। ਦਾਦੀ ਮਾਂ। ਹਾਂਜੀ। ਮੈਨੂੰ ਹੁਣ ਦੱਸੋ ਕੀ ਉਹਨਾਂ ਨੂੰ ਦਸਤਾਰ ਕਿਉਂ ਬਣੀ ਸੀ? ਫਿਰ ਕਦੀ ਦੱਸਾਂਗੀ। ਨਹੀਂ ਦਾਦੀ ਮਾਂ, ਮੈਨੂੰ ਹੁਣ ਹੀ ਦੱਸੋ। ਹੇ ਵਾਹਿਗੁਰੂ, ਦੱਸੋ ਨਾ। ਆਓ ਆਓ, ਦੱਸਦੀ ਆ। ਦਾਦੀ ਮਾਂ, ਅੰਮ੍ਰਿਤ ਛਕਣ ਨਾਲ ਨਵਾਂ ਜਨਮ ਕਿਵੇਂ ਹੁੰਦਾ ਹੈ? ਯਾਦ ਹੈ ਤੁਸੀਂ ਮੈਨੂੰ ਇੱਕ ਵਾਰੀ ਪੁੱਛਿਆ ਸੀ ਬਾਬਾ ਜੀ ਕਿੱਥੇ ਨੇ? ਹਾਂਜੀ, ਮੈਨੂੰ ਯਾਦ ਹੈ, ਉਦੋਂ ਤੁਸੀਂ ਕਿਹਾ ਸੀ ਬਾਬਾ ਜੀ ਤਾਂ ਸਾਰੇ ਪਾਸੇ ਹਨ ਤੇ ਆਪਣੇ ਸਾਰੇ ਬੱਚੇ ਦੇ ਅੰਦਰ ਹਨ। ਤੁਹਾਨੂੰ ਪਤਾ ਹੈ ਜਿਹੜੇ ਬੱਚੇ ਬਾਬਾ ਜੀ ਨੂੰ ਬਹੁਤ ਪਿਆਰੇ ਲੱਗਦੇ ਹਨ, ਅਸੀਂ ਬਾਬਾ ਜੀ ਨੂੰ ਉਹਨਾਂ ਦੇ ਵਿੱਚ ਦੇਖ ਸਕਦੇ ਹਾਂ। ਅੱਛਾ, ਪਰ ਉਹ ਕਿਵੇਂ? ਬਾਬਾ ਜੀ ਆਪਣੇ ਸਭ ਬੱਚਿਆਂ ਨੂੰ 5 ਗਿਫਟਸ ਦਿੰਦੇ ਹਨ, ਜਿਨ੍ਹਾਂ ਨਾਲ ਇੱਕ ਸਿੱਖ ਲੱਖਾਂ ਵਿੱਚੋਂ ਦੂਰੋਂ ਹੀ ਪਛਾਣਿਆ ਜਾਂਦਾ ਹੈ। ਗਿਫਟਸ? ਉਹ ਕਿਹੜੇ ਕਿਹੜੇ ਦਾਦੀ ਮਾਂ? ਕੇਸ, ਕੰਘਾ, ਕਿਰਪਾਨ, ਕਛਹਿਰਾ ਤੇ ਕੜਾ। ਸਭ ਤੋਂ ਪਹਿਲਾਂ ਕੇਸ। ਕੇਸ? ਕੇਸ ਯਾਨੀ ਕਿ ਵਾਲ। ਵਾਲਾਂ ਨੂੰ ਸੰਭਾਲਣ ਲਈ ਕੰਘਾ ਬਣਾਇਆ ਹੈ। ਅੱਛਾ। ਤੇ ਜਿਹੜੇ ਬੰਦੇ ਵਾਲਾਂ ਨੂੰ ਸੰਭਾਲ ਕੇ ਰੱਖਦੇ ਹਨ, ਬਾਬਾ ਜੀ ਉਹਨਾਂ ਨੂੰ ਬਾਕੀ ਦੇ ਵੀ ਸਾਰੇ ਗਿਫਟ ਦਿੰਦੇ ਹਨ। ਪਰ ਦਾਦੀ ਮਾਂ, ਬਾਕੀ ਦੇ ਗਿਫਟ? ਉਹਨਾਂ ਬਾਰੇ ਮੈਂ ਤੁਹਾਨੂੰ ਫਿਰ ਕਦੀ ਦੱਸਾਂਗੀ। ਅੱਛਾ, ਪਹਿਲੇ ਤੁਸੀਂ ਇਹ ਦੱਸੋ, ਅੱਜ ਤੁਸੀਂ ਪਾਠ ਕੀਤਾ ਹੈ? ਹਾਂਜੀ ਦਾਦੀ ਮਾਂ, ਮੈਂ ਸਵੇਰੇ ਕੀਤਾ ਸੀ, ਪਰ ਮੈਨੂੰ ਦੱਸੋ ਨਾ। ਅੱਛਾ, ਕੀ ਤੁਸੀਂ ਰੋਜ਼ ਪਾਠ ਕਰਦੇ ਹੋ? ਹਾਂਜੀ। ਜੇ ਤੁਸੀਂ ਰੋਜ਼ ਜ਼ਿਆਦਾ ਤੋਂ ਜ਼ਿਆਦਾ ਪਾਠ ਕਰੋਗੇ ਤੇ ਬਾਬਾ ਜੀ ਆਣਗੇ ਤੇ ਗਿਫਟ ਦੇਣਗੇ। ਅੱਛਾ, ਮਤਲਬ ਉਹ ਕੁੜੀ ਨੇ ਬਹੁਤ ਪਾਠ ਕੀਤੇ ਸੀ? ਕੁੜੀ? ਕੁੜੀ ਨਹੀਂ, ਦੀਦੀ ਕਹੋ। ਹਾਂ ਹਾਂ, ਉਹ ਦੀਦੀ। ਹਾਂ ਬਿਲਕੁਲ,
ਤਦ ਤਾਂ ਅੱਜ ਉਹ ਇੰਨੀ ਸੋਹਣੀ ਲੱਗ ਰਹੀ ਸੀ। ਮੈਨੂੰ ਨਹੀਂ ਲੱਗੀ ਸੋਹਣੀ। ਅੱਛਾ ਮੈਨੂੰ ਇਹ ਦੱਸੋ ਬਾਬਾ ਜੀ ਕਦੋਂ ਆਣਗੇ? ਬਾਬਾ ਜੀ ਗੰਦੇ ਬੱਚਿਆਂ ਕੋਲ ਨਹੀਂ ਆਉਂਦੇ, ਜਿਹੜੇ ਬੱਚੇ ਪਾਠ ਕਰਦੇ ਨੇ ਨਾ ਉਹਨਾਂ ਕੋਲ ਆਉਂਦੇ ਨੇ। ਅੱਛਾ ਤੇ ਮੈਂ ਵੀ ਜ਼ਿਆਦਾ ਤੋਂ ਜ਼ਿਆਦਾ ਪਾਠ ਕਰਾਂਗੀ। ਵੈਰੀ ਗੁੱਡ, ਜਾਓ ਜਾਓ ਜਲਦੀ। ਰਹਿਣੀ ਰਹੇ ਸੋਈ ਸਿੱਖ ਮੇਰਾ, ਰਹਿਣੀ ਰਹੇ ਪਾਠ ਕਰਦੇ ਨੇ ਦੀਦੀ ਤਾਂ ਸੱਚੀ ਕਿੰਨੇ ਸੋਹਣੇ ਲੱਗ ਰਹੇ ਨੇ। ਨਹੀਂ ਬੱਚੇ, ਉਹ ਸੋਏ ਨਹੀਂ, ਉਹ ਤਾਂ ਬਾਬਾ ਜੀ ਨੂੰ ਯਾਦ ਕਰ ਰਹੇ ਨੇ। ਦੀਦੀ ਨੇ ਕੜਾ ਕਿੰਨਾ ਮੋਟਾ ਪਾਇਆ। ਦੀਦੀ ਨੇ ਹੱਥ ਤਾਂ ਕਿੱਦਾਂ ਜੋੜਿਆ?
ਦਾਦੀ ਮਾਂ, ਦਾਦੀ ਮਾਂ, ਦਾਦੀ ਮਾਂ, ਦਾਦੀ ਮਾਂ। ਜਸਲੀਨ, ਤੇਰੇ ਦਾਦੀ ਮਾਂ ਇੱਥੇ ਨਹੀਂ, ਉਹ ਬਹੁਤ ਅੱਗੇ ਨੇ। ਤੁਸੀਂ ਇੱਥੇ? ਮੈਂ ਤੈਨੂੰ ਲੈਣ ਆਈ ਹਾਂ, ਚਲੋ ਚੱਲੀਏ। ਆਪਾਂ ਕਿੱਥੇ ਜਾ ਰਹੇ ਹਾਂ? ਤੂੰ ਬਾਬਾ ਜੀ ਨੂੰ ਮਿਲਣਾ ਹੈ ਨਾ, ਬਸ ਚੱਲੀ ਜਾਓ ਮੇਰੇ ਨਾਲ। ਕਿੰਨੀ ਕੁ ਦੂਰ ਹੈ? ਹਜੇ ਤਾਂ ਬਹੁਤ ਦੂਰ ਹੈ, ਆਪਾਂ ਇੱਕ ਕੰਮ ਕਰਦੇ ਹਾਂ, ਵਾਹਿਗੁਰੂ ਦਾ ਸਿਮਰਨ ਸ਼ੁਰੂ ਕਰਦੇ ਹਾਂ, ਜਲਦੀ ਪਹੁੰਚ ਜਾਵਾਂਗੇ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਜਸਲੀਨ, 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 ਉਠੋ ਬੇਟਾ ਜੀ, ਉਠੋ। ਦਾਦੀ ਮਾਂ, ਦਾਦੀ ਮਾਂ, ਦਾਦੀ ਮਾਂ। ਹਾਂਜੀ ਮੇਰਾ ਬੇਟਾ ਜੀ। ਦਾਦੀ ਮਾਂ, ਮੈਂ ਦਸਤਾਰ ਬਣ ਕੇ ਗੁਰਦੁਆਰੇ ਜਾਵਾਂ? ਠੀਕ ਹੈ ਬੇਟਾ ਜੀ, ਪਹਿਲੇ ਤੁਸੀਂ ਇਸ਼ਨਾਨ ਕਰ ਲਓ, ਫਿਰ ਮੈਂ ਤੁਹਾਡੀ ਦਸਤਾਰ ਸਜਾ ਦਾਂਗੀ। ਠੀਕ ਹੈ ਦਾਦੀ ਮਾਂ, ਮੈਂ ਹੁਣੇ ਇਸ਼ਨਾਨ ਕਰ ਲਿਆ। ਦਰਸਨ ਦੇਖ ਜੀਵਾਂ ਗੁਰ ਤੇਰਾ, ਦਰਸਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਬਬ ਮੇਰਾ, ਪੂਰਨ ਕਰਮ ਹੋਏ ਬਬ ਮੇਰਾ, ਦਰਸਨ ਪ੍ਰਭ। ਹਾਂਜੀ। ਇਹ ਕਿਹੜੀ ਫਾਈਲ ਹੈ? ਦੂਸਰੀ ਫਾਈਲ ਕਿੱਥੇ ਮੇਰੀ? ਕਿਹੜੀ ਫਾਈਲ? ਉਹੀ ਜਿਹੜੀ ਮੈਂ ਰਾਤੀ ਫੜਾਈ ਸੀ। ਓਕੇ। ਫੜਾ ਵੀ ਦੇ ਹੁਣ। ਕਿਹੋ ਜਿਹੀ ਲੱਗ ਰਹੀ ਆ? ਬੱਚੇ, ਬੱਚੇ ਤੂੰ ਬਹੁਤ ਸੋਹਣੀ ਲੱਗ ਰਹੀ ਹੈ।
ਪੁੱਤਰ ਤਨ ਕਿੰਨੀ ਵਾਰ ਕਹਿ ਕੇ ਇਸ ਕਤਲ ਨਾ ਕਰਿਆ ਕਰ। ਜਾਣੇ ਅਣਜਾਣੇ ਵਿੱਚ ਪਤਾ ਨਹੀਂ ਕਿਉਂ ਅਸੀਂ ਸਭ ਉਸ ਰਾਹ 'ਤੇ ਤੁਰ ਪੈਂਦੇ ਹਾਂ ਜਿਸ ਦੀ ਮੰਜ਼ਿਲ ਬਾਰੇ ਸਾਨੂੰ ਕੁਛ ਨਹੀਂ ਪਤਾ। ਲੋੜ ਤਾਂ ਸਿਰਫ ਇੱਕ ਹਿੰਮਤ ਦੀ ਹੁੰਦੀ ਹੈ ਜੋ ਅਸੀਂ ਚਾਹੁੰਦੇ ਹੋਏ ਵੀ ਜੁਟਾ ਨਹੀਂ ਪਾਉਂਦੇ। ਹਿੰਮਤ ਆਪਣੀ ਰੂਹ ਦੀ ਆਵਾਜ਼ ਸੁਣਨ ਦੀ, ਹਿੰਮਤ ਗੁਰੂ ਦਾ ਲੜ ਫੜਨ ਦੀ, ਹਿੰਮਤ ਆਪਣੇ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਦੀ। Today, we are living in delusions. We are not able to choose the right path. So, let's simply follow those who are quietly preceding the Guru's way.